ਆ ਇਹਨਾਂ ਦਾ ਜੀ PNB ਬੈਂਕ ਦਾ ਹਾਲ ਹੈ। ਆਹ ਜਿਹੜੇ ਅੰਦਰ ਇਹਨਾਂ ਦੇ ਮੈਨੇਜਰ ਸਾਹਿਬ ਬੈਠੇ ਹੋਏ ਆ, ਜਿਹੜੇ ਕਹਿ ਰਹੇ ਆ ਕਿ ਕਿਸੇ ਦੀ ਮਜਬੂਰੀ ਨਹੀਂ ਸਮਝਦੇ ਪਏ, ਔਰ ਅੱਗੋਂ ਇਹ ਕਹਿ ਰਹੇ ਆ ਕਿ ਤੁਸੀਂ ਆਪਣੀ ਮਦਰ ਨੂੰ ਲੈ ਗਏ ਹੋ ਜਦਕਿ ਮੇਰੀ ਮਦਰ ਦਾ ਐਕਸੀਡੈਂਟ ਹੋਇਆ। ਆਹ ਮੈਨੇਜਰ ਸਾਹਿਬ, ਆਹ ਉਹਨਾਂ ਦੇ ਅਸਿਸਟੈਂਟ ਮੈਨੇਜਰ ਸਾਹਿਬ, PNB ਬ੍ਰਾਂਚ ਆ, ਡੇਵਿਡ ਕਾਲਜ ਕਬੀਰ ਨਗਰ, ਇਹ ਬ੍ਰਾਂਚ ਆ। ਮੈਂ ਕਿਹਾ ਤੁਹਾਡੇ ਨਾਲ ਸਾਰੀ ਆਰਾਮ ਨਾਲ ਹੁਣ ਗੱਲ ਦੱਸਾਂਗੇ, ਕੰਪਲੇਂਟ ਤੁਹਾਡੀ ਪਾਵਾਂਗੇ। ਤੁਸੀਂ ਸੀਨੀਅਰ ਮੈਨੇਜਰ ਹੋ ਕੇ, ਅੱਜ ਸੀਨੀਅਰ ਮੈਨੇਜਰ ਜਿਹੜਾ ਨਾਮ ਹੈ ਜੀ ਬਲਦੇਵ ਕ੍ਰਿਸ਼ਨ ਬਿਰਧੀ, ਹਾਂਜੀ, ਇਹਨਾਂ ਨੇ ਕਿਸੇ ਦੀ ਮਜਬੂਰੀ ਨਹੀਂ ਸਮਝੀ। ਇਹ ਇਹਨਾਂ ਦਾ ਸਾਰਾ ਸਟਾਫ ਹੈ ਜਿਹੜੇ ਕਿ ਵਾਰ ਵਾਰ ਫੋਰਸ ਕਰ ਰਹੇ ਆ ਕਿ ਤੁਸੀਂ ਇਸ ਤਰ੍ਹਾਂ ਇੱਥੇ ਮਦਰ ਆਪਣੀ ਲੈ ਕੇ ਆ। ਮੇਰੀ ਮਦਰ ਦਾ ਹਾਲ ਦੇਖੋ, ਜਿਹੜਾ ਕਿ ਹੁਣੇ ਰੀਸੈਂਟਲੀ ਆਪਰੇਸ਼ਨ ਹੋਇਆ ਹੈ, ਆਹ ਹਾਲ ਦੇਖੋ ਉਹਨਾਂ ਦਾ ਕੀ ਹੈ। ਇਹ ਅੱਗੋਂ ਕਹਿ ਰਿਹਾ ਸਾਨੂੰ ਕਿ ਤੁਸੀਂ ਇੱਥੇ ਲੈ ਕੇ ਆਓ, ਅਸੀਂ ਨਹੀਂ ਤੁਹਾਨੂੰ ਇੰਟਰਸਟ ਸਰਟੀਫਿਕੇਟ ਦੇ ਸਕਦੇ, ਬੰਦਾ ਆਵੇ ਉਹ ਨਾਲ। ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਮੇਰੀ ਮਦਰ ਦੀ ਆਪਰੇਸ਼ਨ ਹੋਇਆ ਹੈ, ਆਹ ਇਹਨਾਂ ਦਾ ਹਾਲ ਹੈ। ਭਾਜੀ ਮੈਡਮ ਭੇਜੋ ਬੰਦਾ ਜਿਹੜਾ ਭੇਜਣਾ ਬਾਹਰ, ਮੈਂ ਲੈ ਕੇ ਆਇਆ, ਮੇਰੀ ਮਦਰ ਖੜੀ ਨਹੀਂ ਹੋ ਸਕਦੀ ਇੰਨੀ ਧੁੱਪ 'ਚ। ਨਾਲੇ ਟ੍ਰਾਂਜੈਕਸ਼ਨ ਕਰਨੀ ਉਹ 'ਚ 50,000 ਰੁਪਈਆ ਇਸ ਅਕਾਊਂਟ 'ਚ, ਉਹਦੇ ਵੀ ਸਾਈਨ ਕਰਾਓ ਨਾਲ। ਇਹ ਤੁਹਾਡਾ ਹਾਲ ਹੈ ਇੱਥੇ ਦਾ। ਇਹ ਬੈਠੇ ਆ ਜੀ ਬੈਂਕ ਦੇ ਮੈਨੇਜਰ ਸਾਹਿਬ, ਇਹ ਜਿਹੜੇ ਸੀਨੀਅਰ ਹੈ ਨਾ ਜੀ, ਬੈਂਕ ਕਿੱਥੋਂ ਚੱਲਣੀ ਹੈ। ਉੱਦਾਂ ਲੋਕਾਂ ਦੇ ਘਰਾਂ 'ਚ ਜਾ ਕੇ ਤਰਲੇ ਪਾਉਂਦੇ ਆ ਕਿ ਸਾਡੇ ਕੋਲ ਆ ਕੇ ਅਕਾਊਂਟ ਖਿਲਾਓ। ਆਹ ਇਹਨਾਂ ਦੇ ਮੈਨੇਜਰ ਦੇ ਹਾਲ ਆ ਜੀ, ਆਹ ਦੇਖੋ ਜੀ ਕੀ ਹਾਲ ਹੈ। ਲਾਈਵ ਇਹਨਾਂ ਦੀ ਮੈਂ ਫੋਟੋ ਬਣਾ ਰਿਹਾ, ਲਾਈਵ ਵੀਡੀਓ ਬਣਾ ਰਿਹਾ। ਮੇਰੀ ਮੰਮੀ ਦਾ ਆਪਰੇਸ਼ਨ ਹੋਇਆ ਆ, ਬੁਰਾ ਹਾਲ ਆ। ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਵੀ ਇੱਥੇ ਆ ਕੇ ਤੁਸੀਂ ਆਪਣਾ ਆ ਕੇ ਨਾ, ਕਹਿੰਦੇ ਨਹੀਂ ਜੀ ਲੈ ਕੇ ਆਓ ਪੇਸ਼ੈਂਟ ਨੂੰ। ਇਹ ਬੈਂਕ ਦੇ ਮੈਨੇਜਰਾਂ ਦੇ ਹਾਲ ਆ। ਸਭ ਤੋਂ ਮਹਾਫੁੱਦੂ ਬੈਂਕ ਆ ਇਹ, ਜਿੱਥੇ ਤੂੰ ਕੰਪਲੇਂਟ ਕਰਨੀ ਕਰ, ਮੈਂ ਖੁਦ ਮੁਲਾਜ਼ਮ ਦਾ ਮੁੰਡਾ ਆ, ਤੈਨੂੰ ਦੱਸੂ ਕਿੱਦਾਂ ਭਾਲ ਪਾਈਦਾ। ਤੂੰ ਅਜੇ ਮੈਨੂੰ ਜਾਣਦਾ ਨਹੀਂ ਚੰਗੀ ਤਰ੍ਹਾਂ, ਤੂੰ ਮੇਰੇ ਕੱਪੜਿਆਂ 'ਤੇ ਗਿਆ ਆ।